ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਅਰਸ਼ਦੀਪ। ਪੰਜਾਬ ਜੀ ਕੇ ਸੀਰੀਜ਼ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਨੀ ਜੀ ਪੰਜਾਬ ਆਫਟਰ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਦੀ ਡੈਥ ਤੋਂ ਬਾਅਦ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਘਟਨਾਵਾਂ ਹੋਈਆਂ, ਅੱਜ ਆਪਾਂ ਉਹਨਾਂ ਦਾ ਵੇਰਵਾ ਕਰਨਾ। ਸੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਡੈਥ ਤੋਂ ਬਾਅਦ ਸਿੱਖਾਂ ਦੇ ਵਿਚਾਲੇ ਇੱਕ ਕੰਟਰੋਵਰਸੀ ਖੜੀ ਹੋ ਗਈ ਸੀ। ਸਿੱਖਾਂ ਦੇ ਦੋ ਧੜੇ ਬਣ ਗਏ ਸੀਗੇ। ਉਹਨਾਂ ਦੇ ਨਾਮ ਇਸ ਤਰ੍ਹਾਂ ਨੇ, ਇੱਕ ਤਾਂ ਧੜਾ ਸੀਗਾ ਬੰਦਈ ਖਾਲਸਾ ਸਿੱਖਾਂ ਦਾ ਤੇ ਦੂਸਰਾ ਸੀਗਾ ਤੱਤ ਖਾਲਸਾ ਸਿੱਖਾਂ ਦਾ। ਜਿਹੜੇ ਇਹ ਬੰਦਈ ਖਾਲਸਾ ਸੀਗੇ, ਇਹ ਕਹਿੰਦੇ ਸੀਗੇ ਵੀ ਬੰਦਾ ਸਿੰਘ ਬਹਾਦਰ ਨੂੰ, ਇਹ ਬੰਦਾ ਸਿੰਘ ਬਹਾਦਰ ਦੇ ਪਹਿਲੀ ਗੱਲ ਫਾਲੋਅਰ ਸੀਗੇ ਤੇ ਬੰਦਾ ਸਿੰਘ ਬਹਾਦਰ ਨੂੰ ਇਹ ਸਿੱਖਾਂ ਦਾ 11ਵਾਂ ਗੁਰੂ ਮੰਨਦੇ ਸੀਗੇ। ਬਟ ਤੱਤ ਖਾਲਸਾ ਇਸ ਚੀਜ਼ ਦਾ ਵਿਰੋਧ ਕਰਦਾ ਸੀਗਾ। ਤੱਤ ਖਾਲਸਾ ਇਹ ਕਹਿੰਦਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ, ਉਹਨਾਂ ਨੇ ਇਹ ਕਿਹਾ ਸੀਗਾ ਵੀ ਮੇਰੀ ਡੈਥ ਤੋਂ ਬਾਅਦ ਹਿਊਮਨ ਫਾਰਮ ਦੇ ਵਿੱਚ ਸਿੱਖਾਂ ਦਾ ਕੋਈ ਵੀ ਗੁਰੂ ਨਹੀਂ ਹੋਊਗਾ, ਗੁਰੂ ਗ੍ਰੰਥ ਸਾਹਿਬ ਵੀ ਸਾਰਿਆਂ ਦੇ ਗੁਰੂ ਹੋਣਗੇ। ਤੱਤ ਖਾਲਸਾ ਇਸ ਚੀਜ਼ ਦੇ ਵਿੱਚ ਬਲੀਵ ਕਰਦਾ ਸੀਗਾ। ਬਟ ਬੰਦਈ ਖਾਲਸਾ ਇਹ ਕਹਿੰਦਾ ਸੀਗਾ ਵੀ ਬੰਦਾ ਸਿੰਘ ਬਹਾਦਰ ਸਿੱਖਾਂ ਦੇ 11ਵੇਂ ਗੁਰੂ ਨੇ, ਠੀਕ ਹੈ। ਸੋ ਇਹਨਾਂ ਦੋਵਾਂ ਧੜਿਆਂ ਦੇ ਵਿਚਾਲੇ ਇੱਕ ਕੰਟਰੋਵਰਸੀ ਖੜੀ ਹੋ ਗਈ। ਇਹ ਗੱਲ ਹੁਣ ਜਦੋਂ ਮਾਤਾ ਸੁੰਦਰ ਕੌਰ ਕੋਲ ਪਹੁੰਚੀ, ਮਾਤਾ ਸੁੰਦਰ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਵਾਈਫ ਸੀਗੇ, 1720 ਏਡੀ ਦੇ ਵਿੱਚ ਇਹਨਾਂ ਕੋਲ ਗੱਲ ਪਹੁੰਚੀ ਤੇ ਇਹਨਾਂ ਨੇ ਇਹਨਾਂ ਦੋਵੇਂ ਧੜਿਆਂ ਦੇ ਵਿਚਾਲੇ ਡਿਸਪਿਊਟ ਸੀਗਾ ਜਿਹੜਾ, ਉਹਨਾਂ ਨੂੰ ਰਿਜ਼ੋਲਵ ਕਰਾਉਣ ਦੇ ਲਈ ਭੇਜਿਆ ਜੀ ਭਾਈ ਮਨੀ ਸਿੰਘ ਨੂੰ। ਭਾਈ ਮਨੀ ਸਿੰਘ ਜੀ ਨੂੰ ਇਹਨਾਂ ਨੇ ਗੁਰੂ ਹਰਿਮੰਦਰ ਸਾਹਿਬ ਦਾ ਗ੍ਰੰਥੀ ਪੁਆਇੰਟ ਕਰਿਆ ਤੇ ਇਹਨਾਂ ਨੂੰ ਭੇਜਿਆ ਕਿਰਪਾਲ ਸਿੰਘ ਜਾਂ ਇਹਨਾਂ ਨੂੰ ਕਿਰਪਾਲ ਚੰਦ ਦੇ ਨਾਮ ਨਾਲ ਵੀ ਜਾਣਦੇ ਸੀਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸੀਗੇ। ਇਹਨਾਂ ਦੋਵਾਂ ਨੇ ਜਾ ਕੇ ਪਹੁੰਚੇ ਉੱਥੇ ਤੇ ਇਹਨਾਂ ਦੋਵੇਂ ਧੜਿਆਂ ਦੇ ਵਿਚਾਲੇ ਜਿਹੜਾ ਡਿਸਪਿਊਟ ਸੀਗਾ ਉਹਨੂੰ ਰਿਜ਼ੋਲਵ ਕਰਵਾਇਆ ਤੇ ਪੀਸ ਐਸਟੈਬਲਿਸ਼ ਕਰੀ ਤੇ ਇਹ ਸਿੱਟਾ ਨਿਕਲਿਆ। ਭਾਈ ਮਨੀ ਸਿੰਘ ਜੀ ਨੇ ਇਹ ਕਿਹਾ ਜਿਹੜਾ ਤੱਤ ਖਾਲਸਾ ਹੈ ਉਹਦਾ ਵਿਊ ਪੁਆਇੰਟ ਸਹੀ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨੇ ਵੀ ਮੇਰੇ ਜਾਣ ਤੋਂ ਬਾਅਦ ਹਿਊਮਨ ਫਾਰਮ ਦੇ ਵਿੱਚ ਸਿੱਖਾਂ ਦਾ ਕੋਈ ਵੀ ਗੁਰੂ ਨਹੀਂ ਹੋਊਗਾ, ਗੁਰੂ ਗ੍ਰੰਥ ਸਾਹਿਬ ਵੀ ਸਾਰਿਆਂ ਦੇ ਗੁਰੂ ਹੋਣਗੇ, ਉਹ ਚੀਜ਼ ਨੂੰ ਮੰਨਿਆ ਜਾਊਗਾ। ਇੱਥੋਂ ਸਾਰਾ ਡਿਸਪਿਊਟ ਰਿਜ਼ੋਲਵ ਹੋ ਗਿਆ। ਬੰਦਈ ਖਾਲਸਾ ਦੀ ਇਸ ਚੀਜ਼ ਦੇ ਵਿੱਚ ਇਸ ਮਤਲਬ ਬਹਿਸ ਦੇ ਵਿੱਚ ਹਾਰ ਹੋਈ ਤੇ ਤੱਤ ਖਾਲਸਾ ਦੀ ਜਿੱਤ ਹੋਈ। ਸੋ ਫਾਈਨਲ ਜਿਹੜਾ ਇਹਨਾਂ ਦੋਵਾਂ ਦੇ ਵਿਚਾਲੇ ਜਿਹੜਾ ਡਿਸਪਿਊਟ ਸੀਗਾ ਉਹਨਾਂ ਨੂੰ ਰਿਜ਼ੋਲਵ ਕਰਵਾਇਆ ਗਿਆ ਭਾਈ ਮਨੀ ਸਿੰਘ ਦੁਆਰਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅਬਦੁਲ ਸਮਾਦ ਖਾਨ ਦੀ। ਦੇਖੋ ਜਦੋਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਬਾਇਓਗ੍ਰਾਫੀ ਬਾਰੇ ਪੜ੍ਹ ਰਹੇ ਸੀਗੇ ਤਾਂ ਉਦੋਂ ਆਪਾਂ ਨੇ ਇਹ ਪੜ੍ਹਿਆ ਸੀਗਾ ਵੀ ਸਰਹੰਦ ਨੂੰ ਕੈਪਚਰ ਕਰਨ ਤੋਂ ਬਾਅਦ ਉਦੋਂ ਬੰਦਾ ਸਿੰਘ ਬਹਾਦਰ ਦੇ ਕੰਟੈਂਪਰੇਰੀ ਮੁਗਲ ਰਾਜਾ ਕੌਣ ਸੀਗਾ, ਦਿੱਲੀ ਦਾ ਐਮਪਰਰ ਕੌਣ ਸੀਗਾ, ਉਹ ਸੀਗਾ ਜੀ ਫਾਰੂਕ ਸਿਆਰ। ਤੇ ਫਾਰੂਕ ਸਿਆਰ ਨੇ ਆਪਦਾ ਜਿਹੜਾ ਫਾਦਰ ਸੀਗਾ, ਉਹਦਾ ਫਾਦਰ ਸੀਗਾ ਬਹਾਦਰ ਸ਼ਾਹ, ਉਹਦਾ ਇਹ ਮਤਲਬ ਡ੍ਰੀਮ ਸੀਗਾ ਮੈਂ ਬੰਦਾ ਸਿੰਘ ਬਹਾਦਰ ਨੂੰ ਕੈਪਚਰ ਕਰਨਾ ਹੈ। ਉਹਨੇ ਉਹ ਡ੍ਰੀਮ ਪੂਰਾ ਕਰਨ ਦੇ ਲਈ ਫਾਰੂਕ ਸਿਆਰ ਨੇ ਭੇਜਿਆ ਜੀ ਅਬਦੁਲ ਸਮਾਦ ਖਾਨ ਨੂੰ ਬੰਦਾ ਸਿੰਘ ਬਹਾਦਰ ਨੂੰ ਕੈਪਚਰ ਕਰਨ ਦੇ ਲਈ। ਸੋ ਫਾਰੂਕ ਸਿਆਰ ਨੇ 1713 ਏਡੀ ਦੇ ਵਿੱਚ ਅਬਦੁਲ ਸਮਾਦ ਖਾਨ ਨੂੰ ਲਾਹੌਰ ਦਾ ਗਵਰਨਰ ਲਾਇਆ ਤੇ ਇਹਨੂੰ ਭੇਜਿਆ ਜੀ ਬੰਦਾ ਸਿੰਘ ਬਹਾਦਰ ਨੂੰ ਫੜਨ ਦੇ ਲਈ, ਇਹਨੂੰ ਕੈਪਚਰ ਕਰਨ ਦੇ ਲਈ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸਾਰਾ ਡਿਟੇਲ ਦੇ ਵਿੱਚ ਡਿਸਕਸ ਕਰਿਆ ਹੈ ਵੀ ਕਿਵੇਂ ਗੁਰਦਾਸ ਨੰਗਲ ਪਹੁੰਚਿਆ ਬੰਦਾ ਸਿੰਘ ਬਹਾਦਰ, 7-8 ਮਹੀਨਿਆਂ ਤੱਕ ਉਹ ਹਵੇਲੀ ਨੂੰ ਘੇਰਾ ਪਾਈ ਰੱਖਿਆ, ਸਾਰੀ ਫੂਡ ਸਪਲਾਈ ਉੱਥੋਂ ਕੱਟ ਕਰਤੀ। ਸੋ ਤੇ ਫਾਈਨਲੀ 17 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਸੈਨਿਕਾਂ ਨੂੰ ਗੁਰਦਾਸ ਨੰਗਰ ਦੀ ਹਵੇਲੀ ਤੋਂ ਕੈਪਚਰ ਕਰ ਲਿਆ ਗਿਆ, ਉੱਥੋਂ ਫੜ ਲਿਆ ਗਿਆ। 200 ਸਿੱਖਾਂ ਨੂੰ ਤਾਂ ਅਬਦੁਲ ਸਮਾਦ ਖਾਨ ਨੇ ਮੌਕੇ ਤੇ ਹੀ ਮਰਵਾਤਾ ਸੀਗਾ ਤੇ ਬੰਦਾ ਸਿੰਘ ਬਹਾਦਰ ਤੇ ਇਹਦੀ ਫੈਮਿਲੀ ਮੈਂਬਰ ਤੇ ਕੁਝ ਕੁ ਸਿੱਖ ਸੀਗੇ, ਇਹਨਾਂ ਨੂੰ ਪਹਿਲਾਂ ਤਾਂ ਲਾਹੌਰ ਲਿਆਂਦਾ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਫਾਰੂਕ ਸਿਆਰ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨੂੰ ਐਗਜ਼ੀਕਿਊਟ ਕੀਤਾ ਗਿਆ। ਇਹ ਸਾਰਾ ਕੁਝ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਕੀ ਹੋਇਆ, ਗੱਲ ਆ ਗਈ ਜੀ 1726 ਦੀ। ਹੁਣ ਅਬਦੁਲ ਸਮਾਦ ਖਾਨ ਲਾਹੌਰ ਦਾ ਗਵਰਨਰ ਸੀਗਾ, ਇਹਨੂੰ ਰਿਪਲੇਸ ਕਰ ਦਿੱਤਾ ਗਿਆ। ਅਬਦੁਲ ਸਮਾਦ ਖਾਨ ਨੂੰ ਤਾਂ ਭੇਜ ਦਿੱਤਾ ਗਿਆ ਮੁਲਤਾਨ, ਇਹਨੂੰ ਮੁਲਤਾਨ ਦਾ ਗਵਰਨਰ ਅਪੁਆਇੰਟ ਕਰ ਦਿੱਤਾ ਗਿਆ ਤੇ ਇਹਦੀ ਜਗ੍ਹਾ ਤੇ ਲਿਆਂਦਾ ਗਿਆ ਹੁਣ ਜ਼ਕੀਰੀਆ ਖਾਨ ਨੂੰ। ਹੁਣ ਜ਼ਕੀਰੀਆ ਖਾਨ ਸੀਗਾ ਜੀ ਲਾਹੌਰ ਦਾ ਨਵਾਂ ਗਵਰਨਰ, ਠੀਕ ਹੈ। ਹੁਣ ਗੱਲ ਆ ਗਈ ਜ਼ਕੀਰੀਆ ਖਾਨ ਦੀ। ਹੁਣ ਆਪਾਂ ਇਹ ਪੜ੍ਹਦੇ ਹਾਂ ਵੀ ਇਹਦੇ ਸਮੇਂ ਕਿਹੜੇ ਕਿਹੜੇ ਘਟਨਾਵਾਂ ਹੋਈਆਂ। ਤਾਂ ਇਹਨੇ ਵੀ ਪਹਿਲੀ ਗੱਲ 1726 ਦੇ ਵਿੱਚ ਇਹਨੂੰ ਲਾਹੌਰ ਦਾ ਗਵਰਨਰ ਅਪੁਆਇੰਟ ਕੀਤਾ ਗਿਆ। ਇਹ ਪਹਿਲਾਂ ਜੰਮੂ ਐਂਡ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀਗਾ ਤੇ ਬੰਦਾ ਸਿੰਘ ਬਹਾਦਰ ਨੂੰ ਕੈਪਚਰ ਕਰਨ ਦੇ ਲਈ ਜਿਹੜੇ ਵੀ ਅਬਦੁਲ ਸਮਾਦ ਖਾਨ ਨੇ ਆਪਰੇਸ਼ਨ ਚਲਾਇਆ ਸੀਗਾ, ਐਕਸਪੀਡੀਸ਼ਨ ਚਲਾਈ ਸੀ, ਜ਼ਕੀਰੀਆ ਖਾਨ ਨੇ ਵੀ ਉਸ ਐਕਸਪੀਡੀਸ਼ਨ ਦੇ ਵਿੱਚ ਭਾਗ ਲਿਆ ਸੀਗਾ। ਇਹਨੇ ਕੀ ਕਰਿਆ ਜ਼ਕੀਰੀਆ ਖਾਨ ਨੇ, ਇਹਨੇ ਆਪਦੇ ਟਾਈਮ ਦੇ ਟਾਈਮ ਲਾਈਨ ਦੇ ਵਿੱਚ ਗੱਲ ਆ ਗਈ ਜੀ 1733 ਦੀ, ਇਹਨੇ ਇਸ ਟਾਈਮ ਲਾਈਨ ਦੇ ਵਿੱਚ ਸਿੱਖਾਂ ਦੇ ਨਾਲ ਜਿਹੜੇ ਰਿਲੇਸ਼ਨ ਸੀਗੇ ਉਹ ਸੁਧਾਰਨੇ ਚਾਹੇ। ਇਹਨੇ ਕੀ ਕੀਤਾ, ਕਪੂਰ ਸਿੰਘ ਸੀਗਾ ਜਿਹੜਾ ਸਿੱਖਾਂ ਦਾ ਹੈੱਡ ਸੀਗਾ, ਸਿੱਖ ਮਿਸਲਾਂ ਦਾ ਦਲ ਖਾਲਸਾ ਦਾ ਹੈੱਡ ਸੀਗਾ, ਇਹਨੂੰ ਇਹਨਾਂ ਨੇ ਨਵਾਬ ਦਾ ਟਾਈਟਲ ਦੇਣ ਨੂੰ ਕਿਹਾ, ਠੀਕ ਹੈ। ਇਹਨਾਂ ਕਿਹਾ ਵੀ ਤੁਹਾਨੂੰ ਮੈਂ ਨਵਾਬ ਦਾ ਟਾਈਟਲ ਦੇਣਾ ਚਾਹੁੰਦਾ ਤੇ ਜਗੀਰ ਵੀ ਗ੍ਰਾਂਟ ਕੀਤੀ। ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਿਸਕਸ਼ਨ ਹੋਈ ਵੀ ਕੀ ਨਵਾਬ ਵੀ ਕੀ ਕਪੂਰ ਸਿੰਘ ਨੂੰ ਇਹ ਟਾਈਟਲ ਐਕਸੈਪਟ ਕਰਨਾ ਚਾਹੀਦਾ ਜਾਂ ਨਹੀਂ। ਸੋ ਕਾਫੀ ਡਿਸਕਸ਼ਨ ਤੋਂ ਬਾਅਦ ਕਪੂਰ ਸਿੰਘ ਮੰਨ ਗਏ ਤੇ ਉਹਨਾਂ ਨੇ ਇਹ ਟਾਈਟਲ ਯਾਨੀ ਕਿ ਨਵਾਬ ਦਾ ਟਾਈਟਲ ਐਕਸੈਪਟ ਕਰਿਆ ਤੇ ਉਸ ਤੋਂ ਬਾਅਦ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਸੋ ਕਾਫੀ ਇੰਪੋਰਟੈਂਟ ਕੁਐਸਚਨ ਇਹ ਪੁੱਛਿਆ ਜਾ ਸਕਦਾ, ਕਪੂਰ ਸਿੰਘ ਨੂੰ ਨਵਾਬ ਦਾ ਟਾਈਟਲ ਕਿਹਨੇ ਦਿੱਤਾ? ਉਹ ਦਿੱਤਾ ਸੀਗਾ ਜ਼ਕੀਰੀਆ ਖਾਨ।
ਬਟ ਇਹ ਇੱਕ ਚਾਲ ਸੀਗੀ ਮੁਗਲਾਂ ਦਾ ਸਿੱਖਾਂ ਦੇ ਨਾਲ ਜਿਹੜਾ ਰਿਲੇਸ਼ਨ ਸੀਗਾ ਉਹ ਕੋਈ ਬਹੁਤਾ ਟਾਈਮ ਨਹੀਂ ਚੱਲ ਸਕਿਆ ਠੀਕ ਹੈ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਬਾਅਦ ਦੇ ਵਿੱਚ ਆਪਦੇ ਰਿਲੇਸ਼ਨ ਫੇਰ ਖਰਾਬ ਕਰ ਲਏ ਤੇ ਸਿੱਖਾਂ ਦੇ ਉੱਪਰ ਅਤਿਆਚਾਰ ਫੇਰ ਕਰਨਾ ਦੁਬਾਰਾ ਸ਼ੁਰੂ ਕਰਤਾ ਤੇ ਇਹਨਾਂ ਨੇ ਆਪਦੀ ਚਾਲ ਖੇਡੀ ਤੇ ਸਿੱਖ ਸੀਗੇ ਜਿਹੜੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚੋਂ ਭਜਾ ਦਿੱਤਾ ਤੇ ਸਿੱਖ ਅੰਮ੍ਰਿਤਸਰ ਛੱਡ ਕੇ ਪਹੁੰਚੇ ਜੀ ਬਰੀ ਦਬਾਬ। ਦੇਖੋ ਦਬਾਬ ਕੀ ਹੁੰਦਾ, ਦਬਾਬ ਦੋ ਨਹਿਰਾਂ ਦੇ ਵਿਚਾਲੇ ਜਿਹੜਾ ਏਰੀਆ ਹੁੰਦਾ ਉਹਨੂੰ ਕਹਿੰਦੇ ਨੇ। ਬਰੀ ਤੋਂ ਭਾਵ ਬਿਆਸ ਤੇ ਰਾਵੀ ਦੇ ਵਿਚਾਲੇ ਜਿਹੜਾ ਏਰੀਆ ਸੀਗਾ ਜਿਹੜੀ ਧਰਤੀ ਸੀਗੀ ਉਹਨੂੰ ਬਰੀ ਦੁਆਬ ਕਹਿੰਦੇ ਸੀਗੇ। ਸੋ ਸਿੱਖ ਅੰਮ੍ਰਿਤਸਰ ਨੂੰ ਛੱਡ ਕੇ ਬਰੀ ਦੁਆਬ ਪਹੁੰਚੇ। ਇੱਥੇ ਇਹਨਾਂ ਨੂੰ ਸਰਦਾਰ ਆਲਾ ਸਿੰਘ ਨੇ ਵੈਲਕਮ ਕੀਤਾ ਸਿੱਖਾਂ ਨੂੰ। ਸਰਦਾਰ ਆਲਾ ਸਿੰਘ ਫੁਲਕਿਆ ਮਿਸਲ ਦਾ ਹੈੱਡ ਸੀਗਾ ਉਦੋਂ, ਫੁਲਕਿਆ ਮਿਸਲ ਪਟਿਆਲਾ ਦੀ ਯਾਨੀ ਕਿ ਮਾਲਵਾ ਦੀ ਸੀਗੀ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਕੀ ਕਰਿਆ, ਇਹ ਕਹਿੰਦੇ ਵੀ ਆਪਾਂ ਨੇ ਦੁਬਾਰਾ ਮਾਝੇ ਜਾਣਾ ਠੀਕ ਹੈ, ਕਿਉਂ ਕਿਉਂਕਿ ਉਦੋਂ ਦੀਵਾਲੀ ਸੀਗੀ, ਦੀਵਾਲੀ ਸੈਲੀਬ੍ਰੇਟ ਕਰਨ ਅੰਮ੍ਰਿਤਸਰ ਜਾਣਾ ਸੀਗਾ। ਸੋ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੁਬਾਰਾ ਉਹ ਮਾਝੇ ਵੱਲ ਨੂੰ ਲੈ ਕੇ ਗਏ। ਉਦੋਂ ਨਾ ਮੁਗਲ ਐਂਪਰ ਜਿਹੜਾ ਉਹ ਸੀਗਾ ਜ਼ਕੀਰੀਆ ਖਾਨ, ਇਹਦੇ ਅੰਡਰ ਲਖਪਤ ਰਾਏ ਕੰਮ ਕਰਦਾ ਸੀਗਾ, ਲਖਪਤ ਰਾਏ ਇਹਦਾ ਫਰੈਂਡ ਸੀਗਾ। ਇਹਨੇ ਸਿੱਖਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇਹ ਅੰਮ੍ਰਿਤਸਰ ਨਾ ਪਹੁੰਚੇ ਤੇ ਦੀਵਾਲੀ ਨਾ ਮਨਾਉਣ, ਬਟ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲਖਪਤ ਰਾਏ ਨੂੰ। ਇਹ ਹਾਰ ਦਾ ਬਦਲਾ ਇਹ ਅੱਗੇ ਜਾ ਕੇ ਵੀ ਲੈਂਦਾ, ਇਹ ਭਾਗੇ ਪੜਾਂਗੇ। ਉਸ ਤੋਂ ਬਾਅਦ ਗੱਲ ਆ ਗਈ ਜੀ 1737 ਦੀ, ਤਾਂ ਉਦੋਂ ਭਾਈ ਮਨੀ ਸਿੰਘ ਜਿਹੜੇ ਇਹ ਕਰੈਕਟਰ ਸੀਗੇ ਇਹ ਹੁਣ ਸੀਨ ਦੇ ਵਿੱਚ ਆ ਗਏ। ਭਾਈ ਮਨੀ ਸਿੰਘ ਆਪਾਂ ਇਹਨਾਂ ਬਾਰੇ ਪੜ੍ਹਨਾ। ਦੇਖੋ ਕੱਲੀ ਕੱਲੀ ਡੇਟ ਤੁਸੀਂ ਧਿਆਨ 'ਚ ਰੱਖਿਓ, ਮੈਂ ਤੁਹਾਡੇ ਤੋਂ ਐਂਡ ਦੇ ਉੱਪਰ ਕੁਸਚਨ ਪੁੱਛੂੰਗਾ, ਕੁਸਚਨ ਕਰਨੋਲਜੀ ਦੇ ਉੱਪਰ ਆ, ਫੇਰ ਨਾ ਕਿਹਾ ਵੀ ਸੋਲਵ ਨਹੀਂ ਹੋਇਆ ਠੀਕ ਹੈ। ਸੋ ਕੱਲੀ ਕੱਲੀ ਡੇਟ ਨੂੰ ਧਿਆਨ ਦੇ ਵਿੱਚ ਰੱਖਿਓ ਜੇ ਆਪਾਂ ਪੜ੍ਹ ਰਹੇ ਹਾਂ ਠੀਕ ਹੈ। ਸੋ ਗੱਲ ਆ ਗਈ 1737 ਦੀ, ਭਾਈ ਮਨੀ ਸਿੰਘ ਨੂੰ ਇਹਨਾਂ ਨੇ, ਇਹ ਗਏ ਜੀ ਭਾਈ ਮਨੀ ਸਿੰਘ ਲਾਹੌਰ ਦੇ ਗਵਰਨਰ ਜ਼ਕੀਰੀਆ ਖਾਨ ਕੋਲ। ਇਹਨਾਂ ਨੇ ਪਰਮਿਸ਼ਨ ਲੈਣੀ ਚਾਹੀ ਵੀ ਸਾਨੇ ਦੀਵਾਲੀ ਮਨਾਉਣੀ ਆ, ਬੰਦੀ ਛੋੜ ਦਿਵਸ ਮਨਾਉਣਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ। ਜ਼ਕੀਰੀਆ ਖਾਨ ਨੇ ਪਰਮਿਸ਼ਨ ਤਾਂ ਦੇਤੀ, ਬਟ ਮਨੀ ਸਿੰਘ ਨੂੰ ਇਹ ਕਿਹਾ ਵੀ 5000 ਰੁਪਇਆ ਮਤਲਬ ਸਾਨੂੰ ਟ੍ਰਿਬਿਊਟ ਦੇ ਕੇ ਜਾ, ਫਿਰ ਹੀ ਅਸੀਂ ਅਲਾਓ ਕਰਾਂਗੇ ਤੁਹਾਨੂੰ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ। ਦੇਖੋ ਉਹਨਾਂ ਸਮੇਂ ਦੇ ਵਿੱਚ 5000 ਜਿਹੜੀ ਅਮਾਊਂਟ ਸੀਗੀ ਇਹ ਬਹੁਤ ਜ਼ਿਆਦਾ ਹੁੰਦੀ ਸੀਗੀ। ਸੋ ਭਾਈ ਮਨੀ ਸਿੰਘ ਨੇ ਜੀ ਜਾਨ ਲਗਾਤੀ, ਸਾਰੇ ਸਿੱਖਾਂ ਵੱਲੋਂ ਉਹ ਘਰ ਘਰ ਗਏ ਕੰਟਰੀਬਿਊਸ਼ਨ ਲੈਣ ਦੇ ਲਈ, 5000 ਰੁਪਇਆ ਇਕੱਠਾ ਕਰਨਾ ਸੀਗਾ। ਤੇ ਉਦੋਂ ਦੇਖੋ ਬਟ ਇਹਨਾਂ ਤੋਂ ਜਿਹੜੀ ਮਨੀ ਸੀਗੀ ਉਹ ਪੂਰੀ ਪ੍ਰੋਪਰ ਇਕੱਠੀ ਨਹੀਂ ਹੋ ਸਕੀ ਸੀਗੀ। ਉਹ ਜਿਹੜਾ ਗਵਰਨਰ ਸੀਗਾ ਲਾਹੌਰ ਦਾ, ਇਹ ਤੇ ਦੀਵਾਨ ਲਖਪਤ ਰਾਏ, ਇਹਨਾਂ ਦੀ ਇੰਟੈਂਸ਼ਨ ਸਿੱਖਾਂ ਦੇ ਖਿਲਾਫ ਕੋਈ ਬਹੁਤੀਆਂ ਵਧੀਆ ਨਹੀਂ ਸੀਗਾ। ਦੀਵਾਨ ਲਖਪਤ ਰਾਏ ਨੂੰ ਤਾਂ ਪਹਿਲਾਂ ਹਰਾ ਦਿੱਤਾ ਗਿਆ ਸੀਗਾ, ਇਹ ਉਸ ਚੀਜ਼ ਦਾ ਬਦਲਾ ਲੈਣ ਦੇ ਲਈ ਜਿਹੜਾ ਗਵਰਨਰ ਸੀਗਾ ਲਾਹੌਰ ਦਾ ਜ਼ਕੀਰੀਆ ਖਾਨ, ਇਹਨਾਂ ਨੇ ਕੀ ਚਾਲ ਖੇਡੀ ਵੀ ਸਿੱਖ ਜਦੋਂ ਦੀਵਾਲੀ ਮਨਾਉਣ ਆਉਣਗੇ ਹਰਿਮੰਦਰ ਸਾਹਿਬ ਤਾਂ ਅਸੀਂ ਇਹਨਾਂ ਦੇ ਉੱਪਰ ਅਟੈਕ ਕਰ ਦਾਂਗੇ ਬਿਨਾਂ ਦੱਸੇ, ਤੇ ਇਹਨਾਂ ਨੂੰ ਅਸੀਂ ਐਗਜ਼ੀਕਿਊਟ ਕਰਨਾ। ਇਹ ਇਹਨਾਂ ਨੇ ਮੁਗਲਸ ਨੇ ਤੇ ਲਖਪਤ ਰਾਏ ਨੇ ਇਹ ਪਲਾਨ ਬਣਾਇਆ ਹੋਇਆ ਸੀਗਾ। ਭਾਈ ਮਨੀ ਸਿੰਘ ਨੂੰ ਇਹਨਾਂ ਦੇ ਪਲਾਨ ਬਾਰੇ ਪਤਾ ਚੱਲ ਗਿਆ ਤੇ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਇਹ ਮੈਸੇਜ ਪਹੁੰਚਾਤਾ ਵੀ ਤੁਸੀਂ ਭਾਈ ਅੰਮ੍ਰਿਤਸਰ ਨਾ ਆਇਓ, ਹਰਿਮੰਦਰ ਸਾਹਿਬ ਦੀਵਾਲੀ ਮਨਾਉਣ ਬੰਦੀ ਛੋੜ ਦਿਵਸ ਮਨਾਉਣ ਨਾ ਆਇਓ ਠੀਕ ਹੈ। ਸੋ ਜਦੋਂ ਇਹ ਗੱਲ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਦੱਸੀ ਤਾਂ ਇਹਨਾਂ ਨੂੰ ਪਤਾ ਚੱਲ ਗਿਆ ਵੀ ਭਾਈ ਮਨੀ ਸਿੰਘ ਨੇ ਗੱਲ ਦਾ ਮਤਲਬ ਰੌਲਾ ਪਾਇਆ ਵੀ ਸਿੱਖਾਂ ਨੂੰ ਦੱਸਿਆ ਵੀ ਤੁਸੀਂ ਨਾ ਆਇਓ। ਸੋ ਇਹਨਾਂ ਨੂੰ ਭਾਈ ਮਨੀ ਸਿੰਘ ਨੂੰ ਫਾਈਨਲੀ ਇਹਨਾਂ ਨੇ ਫੜਿਆ ਤੇ ਇਹਨਾਂ ਨੂੰ ਐਗਜ਼ੀਕਿਊਟ ਕੀਤਾ ਗਿਆ। ਪਹਿਲਾਂ ਭਾਈ ਮਨੀ ਸਿੰਘ ਨੂੰ ਇੱਕ ਮਤਲਬ ਇਹ ਕਿਹਾ ਗਿਆ ਸੀਗਾ ਵੀ ਇਸਲਾਮ ਦੇ ਧਰਮ ਦੇ ਵਿੱਚ ਕਨਵਰਟ ਹੋ ਜਾ, ਉਹਨਾਂ ਨੇ ਜਵਾਬ ਦਿੱਤਾ ਗਿਆ। ਸੋ ਫਾਈਨਲੀ ਉਹਨਾਂ ਨੂੰ ਐਗਜ਼ੀਕਿਊਟ ਕਰਵਾ ਦਿੱਤਾ ਗਿਆ ਭਾਈ ਮਨੀ ਸਿੰਘ ਨੂੰ, ਕਿਉਂਕਿ ਉਹਨਾਂ ਨੇ ਰਿਫਿਊਜ਼ ਕਰਤਾ ਸੀਗਾ ਇਸਲਾਮ ਧਰਮ ਦੇ ਵਿੱਚ ਕਨਵਰਟ ਹੋਣ ਨੂੰ। ਉਸ ਤੋਂ ਇਲਾਵਾ ਇਹਨਾਂ ਤੋਂ ਜਿਹੜੇ ਮਤਲਬ ਇਹਨਾਂ ਨੂੰ ਟ੍ਰਿਬਿਊਟ 5000 ਰੁਪਇਆ ਪੇ ਕਰਨ ਨੂੰ ਕਿਹਾ ਸੀਗਾ ਉਹ ਮਨੀ ਵੀ ਕਲੈਕਟ ਨਹੀਂ ਹੋ ਪਾਈ। ਸੋ ਇਹਨਾਂ ਕਾਰਨਾਂ ਕਰਕੇ ਭਾਈ ਮਨੀ ਸਿੰਘ ਨੂੰ ਐਗਜ਼ੀਕਿਊਟ ਕਰਵਾ ਦਿੱਤਾ ਗਿਆ। ਹੁਣ ਸੀਨ ਦੇ ਵਿੱਚ ਆ ਗਿਆ ਜੀ ਨਾਦਰ ਸ਼ਾਹ। ਨਾਦਰ ਸ਼ਾਹ 1736 ਦੇ ਵਿੱਚ ਪਹਿਲੀ ਗੱਲ ਇਹਨੇ ਈਰਾਨ ਦਾ ਐਂਪਰ ਦਾ ਟਾਈਟਲ ਇਹਨੇ ਅਜ਼ੂਮ ਕੀਤਾ ਸੀਗਾ। ਈਰਾਨ ਨੂੰ ਪਹਿਲਾਂ ਪਰਸ਼ੀਆ ਵੀ ਕਹਿੰਦੇ ਸੀਗੇ ਠੀਕ ਹੈ। ਈਰਾਨ ਨੂੰ 1726 ਦੇ ਵਿੱਚ 1736 ਦੇ ਵਿੱਚ ਇਹ ਈਰਾਨ ਦਾ ਐਂਪਰ ਇਹਨੇ ਆਪਦੇ ਆਪ ਨੂੰ ਅਜ਼ੂਮ ਕੀਤਾ ਸੀਗਾ। ਇਹਨੇ ਕਈ ਵਾਰ ਨਾਦਰ ਸ਼ਾਹ ਨੇ ਇੰਡੀਆ ਨੂੰ ਇਵੇਡ ਕੀਤਾ ਸੀਗਾ ਠੀਕ ਹੈ। ਦੇਖੋ ਜਿਹੜੇ ਅਫਗਾਨ ਸੀਗੇ, ਅਫਗਾਨ ਤੇ ਇਹ ਨਾਦਰ ਸ਼ਾਹ ਇਹ ਉਲਟ ਸੀਗੇ। ਇਹਨਾਂ ਨੇ ਪਹਿਲਾਂ ਅਫਗਾਨ ਨੇ ਈਰਾਨ ਨੂੰ ਜਿਹਦਾ ਐਂਪਰ ਨਾਦਰ ਸ਼ਾਹ ਸੀਗਾ ਈਰਾਨ ਨੂੰ ਕਈ ਵਾਰ ਇਨਵੇਡ ਕੀਤਾ ਸੀਗਾ ਅਫਗਾਨੀਆਂ ਨੇ। ਇਸ ਚੀਜ਼ ਦਾ ਬਦਲਾ ਲੈਣ ਦੇ ਲਈ ਪਹਿਲਾਂ ਤਾਂ ਨਾਦਰ ਸ਼ਾਹ ਨੇ ਇਹਨਾਂ ਅਫਗਾਨੀਆਂ ਨੂੰ ਹਰਾਇਆ ਠੀਕ ਹੈ। ਇਹਨਾਂ ਨੇ ਗਜ਼ਨੀ, ਨਾਦਰ ਸ਼ਾਹ ਨੇ ਗਜ਼ਨੀ ਤੇ ਕਾਬੁਲ ਠੀਕ ਹੈ ਇਹ ਏਰੀਆ ਸੀਗੇ, ਅੱਜ ਦੇ ਸਮੇਂ ਇਹ ਅਫਗਾਨਿਸਤਾਨ ਦੇ ਵਿੱਚ ਨੇ। ਇਹਨਾਂ ਨੂੰ ਨਾਦਰ ਸ਼ਾਹ ਨੇ ਇਨਵੇਡ ਕਰਿਆ ਠੀਕ ਹੈ ਤੇ ਇਹਨਾਂ ਨੂੰ ਕੈਪਚਰ ਕਰਿਆ 1738 ਦੇ ਵਿੱਚ। ਉਸ ਤੋਂ ਬਾਅਦ 1738 ਦੇ ਵਿੱਚ ਨਾਦਰ ਸ਼ਾਹ ਨੇ ਇੰਡਸ ਨਦੀ ਠੀਕ ਹੈ, ਇੰਡਸ ਦਰਿਆ ਕ੍ਰੋਸ ਕਰਿਆ ਤੇ ਉਹ ਪਹੁੰਚਿਆ ਜੀ ਪੰਜਾਬ ਠੀਕ ਹੈ। ਪੰਜਾਬ ਪਹੁੰਚਿਆ ਉਦੋਂ ਪੰਜਾਬ ਦਾ, ਉਦੋਂ ਲਾਹੌਰ ਦਾ ਗਵਰਨਰ ਕੌਣ ਹੁੰਦਾ ਸੀਗਾ? ਉਹ ਹੁੰਦਾ ਸੀਗਾ ਜ਼ਕੀਰੀਆ ਖਾਨ। ਆਪਾਂ ਪਿੱਛੇ ਪੜ੍ਹ ਕੇ ਹਟਿਆ, ਕੱਲੀ ਕੱਲੀ ਕਰਨੋਲਜੀ ਆਪਾਂ ਨੂੰ ਧਿਆਨ ਦੇ ਵਿੱਚ ਆ ਠੀਕ ਹੈ। ਜ਼ਕੀਰੀਆ ਖਾਨ ਨੇ ਕੀ ਕਰਿਆ, ਮੁਗਲ ਜਿਹੜਾ ਦਿੱਲੀ ਦਾ ਮੁਗਲ ਐਂਪਰਰ ਸੀਗਾ ਉਦੋਂ ਉਹ ਕੌਣ ਹੁੰਦਾ ਸੀਗਾ? ਉਦੋਂ ਹੁੰਦਾ ਸੀਗਾ ਜੀ ਮੁਹੰਮਦ ਸ਼ਾਹ ਰੰਗੀਲਾ। ਬਿਲਕੁਲ ਨਲਾਇਕ ਰਾਜਾ ਸੀਗਾ ਸਿਰੇ ਦਾ ਮੁਹੰਮਦ ਸ਼ਾਹ ਰੰਗੀਲਾ। ਇਹਦੀ ਇਨਫੈਕਟ ਜਿਹੜੀ ਇਹਦੀ ਰਾਜ ਸੀਗਾ ਉਹ ਇਹਦੀ ਘਰਵਾਲੀ ਚਲਾਉਂਦੀ ਸੀਗੀ ਮੁਹੰਮਦ ਸ਼ਾਹ ਰੰਗੀਲਾ ਦੀ। ਇਹਨੂੰ ਕੁਛ ਨਹੀਂ ਪਤਾ ਸੀਗਾ। ਇਹਨੇ ਮੁਗਲ ਐਂਪਰਰ ਦਿੱਲੀ ਦੇ ਮੁਗਲ ਐਂਪਰਰ ਨੂੰ ਇਹਨੇ ਰਿਕੁਐਸਟਾਂ ਕੀਤੀਆਂ ਵੀ ਮੇਰੀ ਹੈਲਪ ਕਰੋ, ਮੈਂ ਨਾਦਰ ਸ਼ਾਹ ਨੂੰ ਰੋਕਣਾ ਵੀ ਉਹ ਦਿੱਲੀ ਤੱਕ ਨਾ ਪਹੁੰਚੇ।
ਸੋ ਉਸ ਤੋਂ ਬਾਅਦ ਇਹਨੇ ਰੋਕਣਾ ਚਾਹਿਆ ਬਟ ਨਾਦਰ ਸ਼ਾਹ ਨੇ ਇਸ ਜ਼ਕੀਰੀਆ ਖਾਨ ਨੂੰ ਇਸ ਲੜਾਈ ਦੇ ਵਿੱਚ ਡਿਫੀਟ ਕਰਤਾ, ਹਰਾ ਦਿੱਤਾ ਤੇ ਇਹਨੂੰ ਕਿਹਾ ਵੀ 2,20,00,000 ਰੁਪਏ ਭਾਈ ਜਮ੍ਹਾਂ ਕਰਾ ਜ਼ਕੀਰੀਆ ਖਾਨ ਨੂੰ। ਤੇ ਇਹਨੇ ਕੀ ਕਰਿਆ, ਜ਼ਕੀਰੀਆ ਖਾਨ ਦਾ ਇੱਕ ਮੁੰਡਾ ਤੇ ਲਖਪਤ ਰਾਏ ਸੀਗਾ ਜਿਹੜਾ ਇਹਦਾ ਮਿਨਿਸਟਰ ਸੀਗਾ ਜ਼ਕੀਰੀਆ ਖਾਨ ਦਾ, ਇਹਨਾਂ ਦੋਵਾਂ ਜਿਹੜੇ ਮੁੰਡੇ ਸੀਗੇ ਇਹਨਾਂ ਨੂੰ ਹੋਸਟੇਜ ਬਣਾ ਲਿਆ ਨਾਦਰ ਸ਼ਾਹ ਨੇ। ਤੇ ਉਸ ਤੋਂ ਬਾਅਦ ਉਹ ਪਹੁੰਚਿਆ ਜੀ ਦਿੱਲੀ ਨੂੰ ਇਨਵੇਡ ਕਰਨ ਦੇ ਲਈ ਨਾਦਰ ਸ਼ਾਹ। ਨਾਦਰ ਸ਼ਾਹ ਦੀ ਜਿਹੜੀ ਆਰਮੀ ਸੀਗੀ ਉਹ ਪਹੁੰਚੀ, ਉਹਨੇ ਹੁਣ ਦੇਖੋ ਦਿੱਲੀ ਦਾ ਐਂਪਰ ਸੀਗਾ ਮੁਹੰਮਦ ਸ਼ਾਹ ਰੰਗੀਲਾ, ਇਹਨਾਂ ਦੋਵਾਂ ਦੇ ਵਿਚਾਲੇ ਇੱਕ ਬੈਟਲ ਹੋਈ, ਉਸ ਬੈਟਲ ਦਾ ਨਾਮ ਸੀਗਾ ਬੈਟਲ ਆਫ ਕਰਨਾਲ। ਠੀਕ ਹੈ, ਇਹ ਬੈਟਲ ਆਫ ਕਰਨਾਲ ਲੜੀ ਗਈ 1739 ਦੇ ਵਿੱਚ। ਇਸ ਬੈਟਲ ਦੇ ਵਿੱਚ ਮੁਗਲ ਐਂਪਰ ਮੁਹੰਮਦ ਸ਼ਾਹ ਰੰਗੀਲਾ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਨਲਾਇਕ ਰਾਜਾ ਸੀਗਾ, ਇਹਨੇ ਕਿੱਥੋਂ ਜਿੱਤਣਾ ਸੀਗਾ, ਤੇ ਇਸਨੇ ਜਿਹੜਾ ਨਾਦਰ ਸ਼ਾਹ ਸੀਗਾ ਇਹਨੇ ਮੁਹੰਮਦ ਸ਼ਾਹ ਰੰਗੀਲਾ ਨੂੰ ਇਹ ਕਿਹਾ ਵੀ 2,50,000 ਯਾਨੀ ਕਿ 25,00,000 ਰੁਪਏ ਮੈਨੂੰ ਦੇ। ਤੇ ਉਦੋਂ ਇਹ ਤੋਂ ਦਿੱਤੇ ਨੀ ਗਏ ਪੈਸੇ ਮੁਹੰਮਦ ਸ਼ਾਹ ਰੰਗੀਲਾ ਤੋਂ, ਕਿਉਂ ਕਿਉਂਕਿ ਇਹਦੀ ਟ੍ਰੈਜਰੀ ਇਹਦਾ ਖਜ਼ਾਨਾ ਖਾਲੀ ਸੀਗਾ, ਇਹਦੇ ਖਜ਼ਾਨੇ ਵਿੱਚ ਪੈਸਾ ਤਾਂ ਕੋਈ ਨੀ ਸੀਗਾ। ਇਹਨੇ ਕੀ ਕੀਤਾ ਨਾਦਰ ਸ਼ਾਹ ਨੇ ਫਿਰ ਜਿਹੜੇ ਵੀ ਹੀਰੇ ਜਵਾਹਰਾਤ ਸੀਗੇ, ਠੀਕ ਹੈ ਇਹਦੇ ਮਤਲਬ ਜਿਹੜੇ ਇਹਦੇ ਰਾਜ ਦੇ ਵਿੱਚ ਜਿੰਨੇ ਵੀ ਪਏ ਸੀਗੇ, ਠੀਕ ਹੈ ਹੀਰੇ ਜਵਾਹਰਾਤ, ਇਹਦੇ ਨਾਦਰ ਸ਼ਾਹ ਨੇ ਉਹ ਸਾਰੇ ਲੁੱਟ ਲਏ। ਠੀਕ ਹੈ, ਉਸ ਤੋਂ ਇਲਾਵਾ ਪੀਕੋਕ ਥਰੋਨ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ, ਤੇ ਫੇਮਸ ਜਿਹੜਾ ਕੋਹੀਨੂਰ ਦਾ ਹੀਰਾ ਸੀਗਾ, ਧਿਆਨ ਚ ਰੱਖੋ ਇਕੱਲੀ ਗੱਲ, ਇਹ ਸਾਰਾ ਕੁਝ ਨਾਦਰ ਸ਼ਾਹ ਆਪਣੇ ਕਬਜ਼ੇ ਦੇ ਅੰਦਰ ਲੈ ਕੇ ਚਲਾ ਗਿਆ ਸੀਗਾ। ਉਸ ਤੋਂ ਇਲਾਵਾ ਇਹਦੀ ਜਦੋਂ ਕੋਈ ਜ਼ਕੀਰੀਆ ਖਾਨ ਨੇ ਜਦੋਂ ਵਾਪਿਸ ਜਾ ਰਿਹਾ ਸੀਗਾ ਨਾਦਰ ਸ਼ਾਹ, ਜ਼ਕੀਰੀਆ ਖਾਨ ਨੇ ਇਹਨੂੰ ਫੇਰ ਰਜਿਸਟ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਨੂੰ ਫੇਰ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਨਾਦਰ ਸ਼ਾਹ ਵਾਪਿਸ ਜਾ ਰਿਹਾ ਸੀਗਾ ਮਤਲਬ ਇਹ ਸਾਰੇ ਲੁੱਟ ਕੇ ਲੁੱਟ ਹੋ ਕਰਕੇ ਮੁਹੰਮਦ ਸ਼ਾਹ ਰੰਗੀਲਾ ਦੇ ਉਹ ਚੋਂ ਦਿੱਲੀ ਦੇ ਵਿੱਚੋਂ, ਤਾਂ ਸਿੱਖਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਿਆ। ਸਿੱਖਾਂ ਨੇ ਇਹ ਪਾਸ ਕਿਹਾ ਵੀ ਨਾਦਰ ਸ਼ਾਹ ਮਸਟ ਡਿਲੀਵਰ ਏ ਪਾਰਟ ਆਫ ਦਾ ਬੂਟੀ ਹੀ ਵਾਸ ਕੈਰਿੰਗ ਅਵੇ ਫਰੋਮ ਦਿੱਲੀ। ਉਹ ਕਹਿੰਦੇ ਨਾਦਰ ਸ਼ਾਹ ਨੇ ਜਿਹੜਾ ਵੀ ਲੁੱਟਿਆ ਦਿੱਲੀ ਦੇ ਵਿੱਚੋਂ ਉਹਦਾ ਕੁਝ ਕੁ ਹਿੱਸਾ ਸਾਨੂੰ ਦਿਓ। ਤੇ ਉਦੋਂ ਨਾਦਰ ਸ਼ਾਹ ਨੂੰ ਇਹ ਲੱਗਿਆ ਵੀ ਇਹ ਮੇਰੀ ਰੈਪੂਟੇਸ਼ਨ ਦੇ ਉੱਪਰ ਇੱਕ ਤਰ੍ਹਾਂ ਦਾ ਮਤਲਬ ਕਲੰਕ ਹੈ। ਠੀਕ ਹੈ, ਮੈਨੂੰ ਕਿਵੇਂ ਕੋਈ ਕਹਿ ਸਕਦਾ, ਕਿਵੇਂ ਕੋਈ ਰੋਕ ਸਕਦਾ, ਆਪਦੇ ਆਪ ਨੂੰ ਕਾਫੀ ਮਹਾਨ ਰਾਜਾ ਸਮਝ ਰਿਹਾ ਸੀਗਾ। ਸੋ ਉਦੋਂ ਕੀ ਹੋਇਆ, ਇਹਦੇ ਉੱਪਰ ਹੋਰ ਵੀ ਬੇਇੱਜ਼ਤੀ ਵਾਲੀ ਗੱਲ ਕੀ ਹੋਈ, ਜਦੋਂ ਇਹ ਵਾਪਿਸ ਜਾ ਰਿਹਾ ਸੀਗਾ ਤਾਂ ਨਾਦਰ ਸ਼ਾਹ ਦੇ ਜਿਹੜੇ ਸਲੇਬ ਸੀਗੇ ਜਿਹੜੇ ਇਹਦੇ ਗੁਲਾਮ ਸੀਗੇ ਉਹਨਾਂ ਕੋਲੋਂ ਵੀ ਕੁਝ ਕੁ ਹਿੱਸਾ ਸੀਗਾ ਜਿਹੜਾ ਖਜ਼ਾਨਾ ਇਹਨੇ ਲੁੱਟਿਆ ਸੀਗਾ ਦਿੱਲੀ ਦੇ ਵਿੱਚੋਂ। ਸਿੱਖਾਂ ਜਿਹੜੇ ਸਿੱਖ ਬੰਦ ਸੀਗੇ ਇਹਨਾਂ ਨੇ ਉਹ ਜਿਹੜੇ ਸਲੇਬ ਸੀਗੇ ਉਹਨਾਂ ਨੂੰ ਪਹਿਲੀ ਗੱਲ ਇਹਨਾਂ ਨੇ ਆਜ਼ਾਦ ਕਰਾਇਆ ਇਹਦੇ ਚੰਗੁਲ ਤੋਂ, ਤੇ ਜਿਹੜਾ ਸ਼ੇਰ ਸੀਗਾ ਉਹਨਾਂ ਤੋਂ ਉਹ ਲਿਆ। ਠੀਕ ਹੈ, ਸੋ ਨਾਦਰ ਸ਼ਾਹ ਦੇ ਲਈ ਇਹ ਚੀਜ਼ ਥੋੜੀ ਜਿਹੀ ਇਹਦੀ ਰੈਪੂਟੇਸ਼ਨ ਦੇ ਉੱਪਰ ਉਹ ਸੀਗੀ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਮੱਸਾ ਰੰਗੜ ਇੰਸੀਡੈਂਟ, ਇਹ ਘਟਨਾ ਕਿਵੇਂ ਹੋਈ। ਠੀਕ ਹੈ, ਦੇਖੋ ਗੱਲ ਆ ਗਈ ਜੀ 1740 ਦੀ। ਜਿਹੜਾ ਲਾਹੌਰ ਦਾ ਗਵਰਨਰ ਜ਼ਕੀਰੀਆ ਖਾਨ ਸੀਗਾ ਇਹਨੇ ਮੱਸਾ ਰੰਗੜ ਨੂੰ ਹਰਿਮੰਦਰ ਸਾਹਿਬ ਯਾਨੀ ਕਿ ਗੋਲਡਨ ਟੈਂਪਲ ਦਾ ਚਾਰਜ ਦੇ ਦਿੱਤਾ ਸੀਗਾ ਮੱਸਾ ਰੰਗੜ ਨੂੰ। ਕਾਫੀ ਇਹ ਕ੍ਰੂਅਲ ਮੁਸਲਿਮ ਸੀਗਾ ਮੱਸਾ ਰੰਗੜ। ਠੀਕ ਹੈ, ਇਹਨੇ ਪਹਿਲੀ ਗੱਲ ਜਿਹੜੇ ਸਿੱਖ ਸੀਗੇ ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਆਉਂਦੇ ਸੀਗੇ ਤੇ ਸਰੋਵਰ ਦੇ ਵਿੱਚ ਮਤਲਬ ਇਸ਼ਨਾਨ ਕਰਨ ਦੇ ਲਈ ਆਉਂਦੇ ਸੀਗੇ, ਉਹਨਾਂ ਸਾਰਿਆਂ ਨੂੰ ਇਹਨੇ ਰੋਕਿਆ, ਉਹਨਾਂ ਨੂੰ ਇਹ ਅਲਾਊ ਨਹੀਂ ਕਰਦਾ ਸੀਗਾ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਕਰਨ ਦੇ ਲਈ। ਉਸ ਤੋਂ ਇਲਾਵਾ ਇਹ ਐਡਾ ਕੁ ਘਟੀਆ ਇਨਸਾਨ ਸੀਗਾ, ਇਹ ਪਹਿਲੀ ਗੱਲ ਹਰਿਮੰਦਰ ਸਾਹਿਬ ਦੇ ਵਿੱਚ ਕੁੜੀਆਂ ਨੂੰ ਨਚਾਉਂਦਾ ਸੀਗਾ, ਉਸ ਤੋਂ ਇਲਾਵਾ ਸ਼ਰਾਬ ਇਹ ਸਾਰਾ ਕੁਝ ਉੱਥੇ ਚੱਲਦਾ ਸੀਗਾ ਉਦੋਂ ਇਹਦੇ ਟਾਈਮ ਮੱਸਾ ਰੰਗੜ ਦੇ ਟਾਈਮ। ਤਾਂ ਇਹ ਗੱਲ ਦੋ ਅੰਮ੍ਰਿਤਸਰ ਦੇ ਦੋ ਨਾਗਰਿਕ ਸੀਗੇ, ਉਹਨਾਂ ਦਾ ਨਾਮ ਸੀਗਾ ਤੇਜ ਰਾਮ, ਇਹ ਹਿੰਦੂ ਸੀਗਾ ਤੇ ਇੱਕ ਬੁਲਾਖਾ ਸਿੰਘ। ਇਹਨਾਂ ਨੇ ਇਹ ਨਿਊਜ਼ ਸਿੱਖਾਂ ਨੂੰ ਭੇਜੀ, ਸਿੱਖਾਂ ਦਾ ਇੱਕ ਬੈਂਡ ਸੀਗਾ ਉਹ ਰਹਿੰਦਾ ਸੀਗਾ ਬੀਕਾਨੇਰ, ਇਹਦੀ ਲੀਡਰਸ਼ਿਪ ਦੇ ਅੰਡਰ ਸਰਦਾਰ ਸ਼ਾਮ ਸਿੰਘ ਦੀ ਲੀਡਰਸ਼ਿਪ ਦੇ ਅੰਡਰ। ਠੀਕ ਹੈ, ਸੋ ਸਰਦਾਰ ਸ਼ਾਮ ਸਿੰਘ ਨੇ ਇਹ ਦੋ ਸਿੱਖ ਸਰਦਾਰ ਸੀਗੇ, ਇਹਨਾਂ ਦਾ ਨਾਮ ਸੀਗਾ ਸਰਦਾਰ ਮਹਿਤਾਬ ਸਿੰਘ ਭੰਗੂ ਤੇ ਸਰਦਾਰ ਸੁੱਖਾ ਸਿੰਘ, ਇਹਨਾਂ ਨੂੰ ਭੇਜਿਆ ਤੇ ਇਹ ਗਏ। ਇਹ ਕਹਿੰਦੇ ਅਸੀਂ ਮੱਸਾ ਜਿਹੜਾ ਰੰਗੜ ਸੀਗਾ ਇਹਨੇ ਹਰਿਮੰਦਰ ਸਾਹਿਬ ਦੇ ਵਿੱਚ ਇੰਨੀ ਪਵਿੱਤਰ ਜਿਹੜੀ ਜ਼ਮੀਨ ਹੈ, ਠੀਕ ਹੈ ਇੰਨਾ ਪਵਿੱਤਰ ਜਿਹੜਾ ਸਰੋਵਰ ਹੈ ਉਹਦੀ ਮਰਿਆਦਾ ਭੰਗ ਕੀਤੀ ਹੈ, ਇਹਦਾ ਅਸੀਂ ਸਿਰ ਕਲਮ ਕਰਕੇ ਵਾਪਿਸ ਲੈ ਕੇ ਆਵਾਂਗੇ। ਸੋ 11 ਅਗਸਤ 1740 ਨੂੰ ਇਹ ਜਿਹੜੇ ਲੈਂਡਲੋਰਡ ਜ਼ਮੀਨਦਾਰਾਂ ਦਾ ਭੇਸ ਬਦਲ ਕੇ ਗਏ ਭਾਈ ਮਹਿਤਾਬ ਸਿੰਘ ਭੰਗੂ ਤੇ ਸਰਦਾਰ ਸੁੱਖਾ ਸਿੰਘ, ਠੀਕ ਹੈ ਇਹ ਗਏ ਮੱਸਾ ਅੰਮ੍ਰਿਤਸਰ ਪਹੁੰਚੇ। ਠੀਕ ਹੈ, ਤੇ ਇਹਨਾਂ ਨੇ ਮੱਸਾ ਸਿੰਘ ਰੰਗੜ ਮੱਸਾ ਰੰਗੜ ਨੂੰ ਮਾਰ ਕੇ, ਠੀਕ ਹੈ ਉਹਦੀ ਜਿਹੜੀ ਗਰਦਨ ਸੀਗੀ ਉਹਨੂੰ ਮਤਲਬ ਇਹਨੂੰ ਮਾਰ ਕੇ ਉਹਦਾ ਜਿਹੜਾ ਸਿਰ ਸੀਗਾ ਉਹ ਕਲਮ ਕਰਕੇ ਇਹ ਵਾਪਿਸ ਲੈ ਕੇ ਪਹੁੰਚੇ ਬੀਕਾਨੇਰ। ਠੀਕ ਹੈ, ਸੋ ਏਦਾਂ 1740 ਦੇ ਵਿੱਚ ਜਿਹੜਾ ਮੱਸਾ ਰੰਗੜ ਸੀਗਾ ਇਹਨੂੰ ਐਗਜੀਕਿਊਟ ਕੀਤਾ ਗਿਆ ਭਾਈ ਮਹਿਤਾਬ ਸਿੰਘ ਭੰਗੂ ਦੁਆਰਾ। ਹੁਣ ਗੱਲ ਕਰਦਾ ਜੀ ਡੈਥ ਆਫ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਹੁਣ ਸੀਨ ਦੇ ਵਿੱਚ ਆ ਗਏ, ਇਹਨਾਂ ਦੇ ਕੀ ਘਟਨਾਵਾਂ ਹੋਈ ਸੀ ਉਦੋਂ। ਦੇਖੋ ਭਾਈ ਤਾਰੂ ਸਿੰਘ ਨੇ ਭਾਈ ਮਣੀ ਸਿੰਘ ਦੇ ਇਹ ਡਿਸਿਪਲ ਸੀਗੇ, ਉਹਨਾਂ ਤੋਂ ਇਹਨਾਂ ਨੇ ਅੰਮ੍ਰਿਤ ਛਕਿਆ ਸੀਗਾ ਭਾਈ ਤਾਰੂ ਸਿੰਘ ਨੇ। ਭਾਈ ਤਾਰੂ ਸਿੰਘ ਤੇ ਇਹਦੀ ਜਿਹੜੇ ਸਿਸਟਰ ਸੀਗੇ ਇਹਨਾਂ ਦੀ ਭੈਣ ਸੀਗੇ ਇਹਨਾਂ ਨੂੰ ਮੁਗਲ ਜਿਹੜੇ ਸੈਨਿਕ ਸੀਗੇ ਉਹਨਾਂ ਨੇ ਕੈਦੀ ਬਣਾ ਲਿਆ ਸੀਗਾ ਮੁਗਲਸ ਨੇ। ਕਿਉਂ? ਕਿਉਂਕਿ ਭਾਈ ਤਾਰੂ ਸਿੰਘ ਉਹਨਾਂ ਸਿੱਖਾਂ ਨੂੰ ਲੰਗਰ ਛਕਾ ਰਹੇ ਸੀਗੇ ਜਿਹੜੇ ਕਿ ਮੁਗਲ ਕੋਰਟ ਦੇ ਵਿੱਚ ਵਾਂਟਡ ਸੀਗੇ, ਜਿਨ੍ਹਾਂ ਦੇ ਉੱਪਰ ਇਨਾਮ ਰੱਖਿਆ ਹੋਇਆ ਸੀਗਾ ਵੀ ਇਹਨਾਂ ਨੂੰ ਅਸੀਂ ਨੇ ਫੜਨਾ। ਇਹ ਭਾਈ ਤਾਰੂ ਸਿੰਘ ਤੇ ਇਹਨਾਂ ਦੇ ਜਿਹੜੇ ਸਿਸਟਰ ਸੀਗੇ ਇਹਨਾਂ ਦੀ ਭੈਣ ਸੀਗੇ ਇਹ ਉਹਨਾਂ ਸਿੱਖਾਂ ਨੂੰ ਭੋਜਨ ਛਕਾ ਰਹੇ ਸੀਗੇ। ਸੋ ਇਹਨਾਂ ਨੂੰ ਕੈਦੀ ਬਣਾ ਲਿਆ ਗਿਆ ਭਾਈ ਤਾਰੂ ਸਿੰਘ ਤੇ ਇਹਨਾਂ ਦੀ ਭੈਣ ਨੂੰ।
ਸਿੱਖਾਂ ਨੇ ਤੇ ਜਿਹੜੇ ਪਿੰਡ ਵਾਸੀ ਸੀਗੇ ਉਹਨਾਂ ਨੇ ਮਤਲਬ ਰਿਸ਼ਵਤ ਦੇ ਕੇ ਕੀ ਕਰਿਆ, ਭਾਈ ਤਾਰੂ ਸਿੰਘ ਜੀ ਦੀ ਜਿਹੜੇ ਭੈਣ ਸੀਗੇ ਸਿਸਟਰ ਸੀਗੇ ਇਹਨਾਂ ਨੂੰ ਤਾਂ ਉਹਨਾਂ ਨੇ ਬਚਾ ਲਿਆ, ਠੀਕ ਹੈ, ਬਟ ਭਾਈ ਤਾਰੂ ਸਿੰਘ ਜੀ ਨੂੰ ਇਹ ਨਹੀਂ ਬਚਾ ਸਕੇ ਕਿਉਂਕਿ ਇੰਨੇ ਰਿਸ਼ਵਤ ਦੇ ਪੈਸੇ ਉਹਨਾਂ ਤੋਂ ਨਹੀਂ ਦੇ ਦਿੱਤੇ ਹੋਏ, ਠੀਕ ਹੈ। ਸੋ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੂੰ ਕਾਫੀ ਟੋਰਚਰ ਕੀਤਾ ਗਿਆ, ਉਹਨਾਂ ਨੂੰ ਜ਼ਕਰੀਆ ਖਾਨ, ਕਿਉਂਕਿ ਭਾਈ ਤਾਰੂ ਸਿੰਘ ਦਾ ਕੰਟੈਂਪਰਰੀ ਮੁਗਲ ਹੁੰਦਾ ਸੀਗਾ ਜ਼ਕਰੀਆ ਖਾਨ, ਇਹਨੇ ਕਿਹਾ ਵੀ ਇਸਲਾਮ ਦੇ ਵਿੱਚ ਕਨਵਰਟ ਹੋ ਜਾ ਤੇ ਇਹਨੂੰ ਅਸੀਂ ਬਖਸ਼ ਲਾਂਗੇ। ਭਾਈ ਤਾਰੂ ਸਿੰਘ ਨੇ ਇਸ ਗੱਲ ਤੋਂ ਜਵਾਬ ਦਿੱਤਾ ਗਿਆ ਤੇ ਜ਼ਕਰੀਆ ਖਾਨ ਨੇ ਇਹ ਆਰਡਰ ਕਰ ਦਿੱਤਾ ਗਿਆ, ਇਹ ਆਰਡਰ ਕੀਤਾ ਵੀ ਤੁਹਾਡੀ ਜਿਹੜੀ ਖੋਪੜੀ ਆ ਉਹ ਲਹਾ ਦਿੱਤੀ ਜਾਊਗੀ ਤਾਂ ਕਿ ਉੱਪਰ ਤੁਹਾਡੇ ਸਿਰ ਤੇ ਉੱਪਰ ਵਾਲ ਕਦੇ ਨਾ ਸਕਣ, ਠੋ ਇਹ ਦਰਦ ਨਾ ਸਹਾਰਦੇ ਹੋਏ 9 June 1745 ਨੂੰ ਭਾਈ ਤਾਰੂ ਸਿੰਘ ਫਾਈਨਲੀ ਉਹਨਾਂ ਦੀ ਡੈਥ ਹੋ ਗਈ ਸੀਗੀ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਹ ਸ਼ਰਾਬ ਸੀਗਾ ਇਹ ਜ਼ਕਰੀਆ ਖਾਨ ਨੂੰ ਭੁਗਤਣਾ ਪਿਆ ਸੀਗਾ, ਇਹਦੀ ਵੀ ਡੈਥ ਬਹੁਤ ਭੈੜੀ ਹੋਈ ਸੀਗੀ ਜ਼ਕਰੀਆ ਖਾਨ ਦੀ। ਹੁਣ ਜ਼ਕਰੀਆ ਖਾਨ ਤੋਂ ਬਾਅਦ ਜਈਆ ਖਾਨ, ਠੀਕ ਹੈ, ਲਾਹੌਰ ਦਾ ਨਵਾਂ ਗਵਰਨਰ, ਇਹ ਜ਼ਕਰੀਆ ਖਾਨ ਦਾ ਐਲਡੈਸਟ ਸਨ ਸੀਗਾ ਜਈਆ ਖਾਨ, ਠੀਕ ਹੈ, ਇਹਨੂੰ ਹੁਣ ਲਾਹੌਰ ਦਾ ਨਵਾਂ ਗਵਰਨਰ ਅਪੁਆਇੰਟ ਕੀਤਾ ਗਿਆ 1745 AD ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇਹ ਜ਼ਕਰੀਆ ਖਾਨ ਦੀ ਹੋ ਗਈ ਡੈਥ, ਠੀਕ ਹੈ, ਕਿਉਂਕਿ ਉਹਦੀ ਡੈਥ ਕਾਫੀ ਮਤਲਬ ਭੈੜੀ ਹੋਈ ਸੀਗੀ, ਇਹ ਕੋਈ ਮਿੱਥੋਂ ਜੁੜਿਆ ਹੋਇਆ। ਤੇ ਉਹਦੀ ਡੈਥ ਤੋਂ ਬਾਅਦ ਜਿਹੜਾ ਜਈਆ ਖਾਨ ਸੀਗਾ ਇਹਨੇ ਆਪਦੇ ਫਾਦਰ ਦੀ ਜਿਹੜੀ ਪਾਲਿਸੀ ਸੀਗੀ ਵੀ ਸਿੱਖਾਂ ਨੂੰ ਅਸੀਂ ਰਿਪਰੈਸ ਕਰਕੇ ਰੱਖਣਾ ਹੈ, ਸਿੱਖਾਂ ਦੇ ਉੱਪਰ ਜ਼ੁਲਮ ਕਰ ਰਹੇ ਨੇ, ਇਹ ਪਾਲਿਸੀ ਨੂੰ ਇਹਨੇ ਮਤਲਬ ਕੰਟੀਨਿਊ ਰੱਖਿਆ। ਹੁਣ ਗੱਲ ਆ ਗਈ ਜੀ 1746 ਦੀ। 1746 ਦੇ ਵਿੱਚ ਕੀ ਹੋਇਆ, ਇੱਕ ਇਨਸਾਨ ਸੀਗਾ, ਇੱਕ ਪਰਸਨ ਸੀਗਾ, ਉਹਦਾ ਨਾਮ ਸੀਗਾ ਕਮਰੁਦੀਨ। ਕਮਰੁਦੀਨ ਕੌਣ ਸੀਗਾ, ਇਹ ਜਈਆ ਖਾਨ ਦਾ ਸਹੁਰਾ ਸੀਗਾ, ਉਹਦਾ ਫਾਦਰ ਇਨ ਲਾਅ ਸੀਗਾ, ਇਹਨੇ ਲਾਹੌਰ ਨੂੰ ਆਪਦੇ ਕਬਜ਼ੇ ਚ ਲੈ ਲਿਆ। ਬਟ ਜਈਆ ਖਾਨ ਦਾ ਜਿਹੜਾ ਬ੍ਰਦਰ ਸੀਗਾ ਉਹਦਾ ਭਾਈ ਸੀਗਾ, ਯਾਨੀ ਕਿ ਜ਼ਕਰੀਆ ਖਾਨ ਦਾ ਮੁੰਡਾ ਸੀਗਾ ਇੱਕ ਹੋਰ, ਉਹਦਾ ਨਾਮ ਸੀਗਾ ਸ਼ਾਹ ਨਵਾਜ਼ ਖਾਨ, ਇਹਨੇ ਜਈਆ ਖਾਨ ਦੀ ਮਦਦ ਕੀਤੀ ਤੇ ਕਮਰੁਦੀਨ ਤੋਂ ਜਿਹੜਾ ਆਪਦਾ ਚਾਰਜ ਸੀਗਾ ਲਾਹੌਰ ਦਾ ਉਹ ਵਾਪਿਸ ਲਿਆ। ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਦੋਵੇਂ ਭਾਈਆਂ ਦੇ ਵਿੱਚ ਆਪਸ ਦੇ ਵਿੱਚ ਹੁਣ ਜੰਗ ਛਿੜਪੀ ਵੀ ਮੈਂ ਲਾਹੌਰ ਦਾ ਰਾਜ ਲੈਣਾ, ਉਹ ਕਹਿੰਦਾ ਮੈਂ ਲੈਣਾ, ਉਹ ਕਹਿੰਦਾ ਮੈਂ ਲੈਣਾ, ਠੀਕ ਹੈ। ਸੋ 1746-47 ਤੱਕ ਤਾਂ ਇਹਨਾਂ ਦੋਵੇਂ ਭਾਈਆਂ ਦੇ ਵਿੱਚ ਯਾਨੀ ਕਿ ਜਈਆ ਖਾਨ ਤੇ ਸ਼ਾਹ ਨਵਾਜ਼ ਖਾਨ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਜੰਗ ਚੱਲਦੀ ਰਹੀ। ਸੋ ਫਾਈਨਲੀ 1747 ਦੇ ਵਿੱਚ ਜਈਆ ਖਾਨ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ ਸ਼ਾਹ ਨਵਾਜ਼ ਖਾਨ ਦੁਆਰਾ, ਤੇ ਸ਼ਾਹ ਨਵਾਜ਼ ਨੇ ਆਪਦੇ ਆਪ ਨੂੰ ਪੰਜਾਬ ਦਾ ਗਵਰਨਰ ਪ੍ਰੋਕਲੇਮ ਕਰ ਲਿਆ ਸੀਗਾ, ਇਹ ਹੁਣ ਪੰਜਾਬ ਦਾ ਨਵਾਂ ਗਵਰਨਰ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਛੋਟਾ ਘੱਲੂਕਾਰਾ, ਇਹ ਇੰਸੀਡੈਂਟ ਹੋਇਆ ਸੀਗਾ, ਠੀਕ ਹੈ, ਆਪਾਂ ਸਾਰਿਆਂ ਨੂੰ ਪਤਾ ਛੋਟਾ ਘੱਲੂਕਾਰਾ ਬਾਰੇ, ਤਾਂ ਇਹ ਕਿਵੇਂ ਹੋਈ ਸੀ ਘਟਨਾ। ਦੇਖੋ ਇਹ ਘਟਨਾ ਪਹਿਲੀ ਗੱਲ ਜਦੋਂ ਜਈਆ ਖਾਨ ਲਾਹੌਰ ਦਾ ਗਵਰਨਰ ਸੀਗਾ ਉਹਦੇ ਸਮੇਂ ਇਹ ਘਟਨਾ ਵਾਪਰੀ। ਕਿਵੇਂ ਵਾਪਰੀ, ਦੇਖੋ ਇੱਕ ਸਿੱਖ ਧੜਾ ਸੀਗਾ, ਸਿੱਖ ਹਾਰਸਮੈਨ ਸੀਗੇ, ਘੋੜ ਸਵਾਰ ਸੀਗੇ, ਇਹਨਾਂ ਦੀ ਕਿਸੇ ਗੱਲ ਕਰਕੇ ਮੁਗਲਸ ਦੇ ਨਾਲ ਕੋਈ ਮਤਲਬ ਫਾਈਟ ਹੋ ਗਈ ਸੀਗੀ, ਠੀਕ ਹੈ, ਕਨਫਲਿਕਟ ਹੋ ਗਿਆ ਸੀਗਾ, ਤੇ ਉਸ ਫਾਈਟ ਦੇ ਵਿੱਚ ਜਸਪਤ ਰਾਏ ਇੱਕ ਆਦਮੀ ਸੀਗਾ, ਇਹ ਜਿਹੜਾ ਦੀਵਾਨ ਲਖਪਤ ਰਾਏ ਜਿਹਦੇ ਬਾਰੇ ਆਪਾਂ ਪਿੱਛੇ ਪੜਿਆ ਸੀਗਾ, ਇਹ ਮਤਲਬ ਜਿਹੜਾ ਮਨਿਸਟਰ ਸੀਗਾ ਇਹ ਲਖਪਤ ਰਾਏ, ਇਹ ਜਈਆ ਖਾਨ ਦਾ ਮਨਿਸਟਰ ਸੀਗਾ, ਇਹਦਾ ਭਾਈ ਸੀਗਾ ਜਸਪਤ ਖਾਨ। ਇਸ ਕਨਫਲਿਕਟ ਦੇ ਵਿੱਚ ਜਸਪਤ ਖਾਨ ਦੀ ਹੋ ਗਈ ਡੈਥ, ਠੀਕ ਹੈ। ਸੋ ਜਦੋਂ ਇਹ ਗੱਲ ਇਹਨਾਂ ਕੋਲ ਪਹੁੰਚੀ ਤਾਂ ਇਹਨਾਂ ਨੇ ਸਿੱਖਾਂ ਦੇ ਨਾਲ ਬਦਲਾ ਲੈਣਾ ਚਾਹਿਆ, ਠੀਕ ਹੈ। ਸੋ ਇਹਨਾਂ ਨੇ ਅਟੈਕ ਕਰਿਆ, ਜਿਹੜੇ ਸਿੱਖ ਸੀਗੇ ਆਰਮੀ ਸੀਗੀ ਇਹਨਾਂ ਨੂੰ ਅਟੈਕ ਕਰਿਆ, ਇਹਨਾਂ ਨੇ ਕਾਨੂੰਵਾਨ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ, ਕਦੋਂ 1 May 1746 ਨੂੰ, ਤੇ ਇਸ ਬੈਟਲ ਦੇ ਵਿੱਚ 7000 ਸਿੱਖਾਂ ਦੀ ਜਾਨ ਚਲੀ ਗਈ ਤੇ 3000 ਸਿੱਖਾਂ ਨੂੰ ਲਾਹੌਰ ਲੈ ਕੇ ਗਿਆ, ਲਾਹੌਰ ਲੈ ਕੇ ਗਏ ਤੇ ਉੱਥੇ ਉਹਨਾਂ ਨੂੰ ਐਗਜੀਕਿਊਟ ਕਰਵਾ ਦਿੱਤਾ ਗਿਆ, ਠੀਕ ਹੈ। ਸੋ ਇਹ ਛੋਟਾ ਘੱਲੂਕਾਰਾ ਦੇ ਵਿਚਾਲੇ ਜਿਹੜੀ ਮਤਲਬ ਸੀਨ ਸੀਗਾ, ਜਿਹੜੀ ਘਟਨਾ ਸੀਗੀ ਉਹ ਇੱਦਾਂ ਵਾਪਰੀ, ਤੇ ਆਹ ਇੱਕ ਮੈਮੋਰੀਅਲ ਅੱਜ ਦੇ ਸਮੇਂ ਅਸਟੈਬਲਿਸ਼ ਕੀਤਾ ਹੋਇਆ ਕਾਨੂੰਵਾਨ ਗੁਰਦਾਸਪੁਰ ਵਿਖੇ, ਇਹ ਸਮਾਰਕ ਬਣਾਇਆ ਹੋਇਆ ਉਹਨਾਂ ਸ਼ਹੀਦਾਂ ਦੇ ਲਈ ਜਿਨ੍ਹਾਂ ਨੇ ਆਪਦੀ ਜਾਨ ਗਵਾਈ ਛੋਟਾ ਘੱਲੂਕਾਰਾ ਇੰਸੀਡੈਂਟ ਦੇ ਵਿਚਾਲੇ। ਹੁਣ ਸੀਨ ਦੇ ਵਿੱਚ ਆ ਗਿਆ ਜੀ ਅਹਿਮਦ ਸ਼ਾਹ ਅਬਦਾਲੀ। ਨਾਦਰ ਸ਼ਾਹ, ਦੇਖੋ ਨਾਦਰ ਸ਼ਾਹ ਹੁੰਦਾ ਸੀਗਾ ਜਿਹੜਾ ਈਰਾਨ ਦਾ ਰੂਲਰ ਸੀਗਾ, ਉਹਦੀ ਫੌਜ ਦੇ ਵਿੱਚ ਇਹ ਸਿਪਾਹੀ ਸੀਗਾ ਅਹਿਮਦ ਸ਼ਾਹ ਅਬਦਾਲੀ, ਠੀਕ ਹੈ। ਇਹ ਪਹਿਲੀ ਗੱਲ ਇਹਦੀ ਟਨਿਓਰ ਸੀਗੀ 1722 ਤੋਂ ਲੈ ਕੇ 1772, ਠੀਕ ਹੈ। ਦੁਰਾਨੀ ਅੰਪਾਇਰ ਦਾ ਇਹ ਫਾਊਂਡਰ ਸੀਗਾ, ਪੋਪਲਾਈਜ਼ ਕਲੈਨ, ਠੀਕ ਹੈ, ਇਸ ਕਲੈਨ ਤੋਂ ਇਹ ਬਿਲੋਂਗ ਕਰਦਾ ਸੀਗਾ, ਅਬਦਾਲੀ ਟ੍ਰਾਈਬ ਅਫਗਾਨਿਸਤਾਨ ਤੋਂ ਸੀਗਾ ਅਹਿਮਦ ਸ਼ਾਹ ਅਬਦਾਲੀ। ਨਾਦਰ ਸ਼ਾਹ ਦੀ ਆਰਮੀ ਦੇ ਵਿੱਚ ਇਹ ਸਿਪਾਹੀ ਸੀਗਾ, ਕਿਉਂਕਿ ਇਹਦੀਆਂ ਫਾਈਟਿੰਗ ਅਬਿਲਿਟੀਜ਼ ਕੁਆਲਿਟੀਜ਼ ਕਾਫੀ ਜ਼ਿਆਦਾ ਹਾਈ ਸੀਗੀਆਂ, ਜਿਹਦੇ ਤੋਂ ਨਾਦਰ ਸ਼ਾਹ ਕਾਫੀ ਪ੍ਰਭਾਵਿਤ ਸੀਗਾ, ਤੇ ਇਹਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਰੱਕੀ ਕਰੀ ਸੀ ਅਹਿਮਦ ਸ਼ਾਹ ਅਬਦਾਲੀ ਨੇ, ਠੀਕ ਹੈ। ਇਹ ਪਰਸਨਲ ਅਟੈਂਡੈਂਟ ਤੋਂ ਕਮਾਂਡਰ ਬਣ ਗਿਆ ਸੀਗਾ ਨਾਦਰ ਸ਼ਾਹ ਦੀ ਆਰਮੀ ਦਾ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, 1747 ਦੇ ਵਿੱਚ ਨਾਦਰ ਸ਼ਾਹ ਨੂੰ ਮਾਰਨ ਤੋਂ ਬਾਅਦ ਇਹਨੇ ਕੀ ਕਰਿਆ, ਇਹਨੇ ਆਪਦਾ ਜਿਹੜਾ ਰਾਜ ਸੀਗਾ, ਠੀਕ ਹੈ, ਇਹਨੇ ਆਪਦੇ ਕੰਟਰੋਲ 'ਚ ਲੈ ਲਿਆ, ਠੀਕ ਹੈ। ਇਹ ਹੁਣ ਨਵਾਂ ਮਤਲਬ ਬਣ ਗਿਆ ਸੀਗਾ ਰਾਜਾ, ਠੀਕ ਹੈ, ਅਫਗਾਨ ਦਾ, ਇਹ ਅਹਿਮਦ ਸ਼ਾਹ ਅਬਦਾਲੀ, ਠੀਕ ਹੈ। ਨਾਦਰ ਸ਼ਾਹ ਨੂੰ ਮਾਰਨ ਤੋਂ ਬਾਅਦ ਇਹਨੂੰ ਦੌਰਾਨ ਪਰਲੋ ਪਲਜ ਵੀ ਕਿਹਾ ਜਾਂਦਾ, ਠੀਕ ਹੈ, ਤੇ ਇਹਨੇ ਇੰਡੀਆ ਨੂੰ 9 times ਇਨਵੇਡ ਕੀਤਾ 1747 ਤੋਂ ਲੈ ਕੇ 1769 ਯਾਨੀ ਕਿ 1769 ਤੱਕ, ਠੀਕ ਹੈ। ਉਸ ਤੋਂ ਬਾਅਦ ਪਹਿਲੀ ਇੰਡੀਅਨ ਐਕਸਪੀਡੀਸ਼ਨ ਅਹਿਮਦ ਸ਼ਾਹ ਅਬਦਾਲੀ ਦੀ ਉਹ ਕਿਹੜੀ ਸੀ, ਉਹ ਸੀਗੀ ਜੀ ਪਿਸ਼ਾਵਰ। 1747 ਦੇ ਵਿੱਚ ਪਹਿਲੀ ਐਕਸਪੀਡੀਸ਼ਨ, ਇੰਡੀਅਨ ਐਕਸਪੀਡੀਸ਼ਨ ਇਹਦੀ ਪਿਸ਼ਾਵਰ ਸੀਗੀ। ਉਸ ਤੋਂ ਬਾਅਦ 1748 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਸਰਹੰਦ ਨੂੰ ਵੀ ਕੈਪਚਰ ਕਰਿਆ, ਤੇ ਉਸ ਤੋਂ ਬਾਅਦ ਇਹ ਪਹੁੰਚਿਆ ਜੀ
ਮੂਨਪੁਰ, ਠੀਕ ਹੈ, ਮੂਨਪੁਰ ਵਿਖੇ ਇਹਨੇ ਮੂਨ ਦੇਖੋ ਇਹਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਇਹ ਅੱਗੇ ਜਦੋਂ ਵੱਧਦਾ ਹੋਇਆ ਲਾਹੌਰ ਤੇ ਸਰਹੰਦ ਨੂੰ ਕੈਪਚਰ ਕਰਨ ਤੋਂ ਬਾਅਦ ਅੱਗੇ ਪਹੁੰਚਿਆ ਤਾਂ ਉਦੋਂ ਪੰਜਾਬ ਦਾ ਗਵਰਨਰ ਹੁੰਦਾ ਸੀਗਾ ਮੀਨ ਉਨ ਮੁਲਕ, ਠੀਕ ਹੈ, ਇਹ 1748 ਦੀ ਗੱਲ ਹੈ। ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਇਹ ਬੈਟਲ ਹੋਈ ਜੀ ਮਨੂਪੁਰ ਵਿਖੇ, ਠੀਕ ਹੈ। ਉਸ ਤੋਂ ਬਾਅਦ ਇਹਨੂੰ ਦੁਬਾਰਾ ਦੇਖੋ ਮੀਨ ਉਨ ਮੁਲਕ ਨੂੰ ਇਹਨੇ ਦੁਬਾਰਾ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ ਲੜਾਈ ਦੇ ਵਿੱਚ ਹਰਾ ਤਾ ਤੇ ਇਹਨੂੰ ਰੈਵਨਿਊ ਪੇ ਕਰਨ ਦੇ ਲਈ ਕਿਹਾ, ਬਟ ਉਹ ਤੋਂ ਜਿਹੜੇ ਟੈਕਸ ਸੀਗੇ ਉਹ ਪੇ ਨਹੀਂ ਹੋਏ, ਠੀਕ ਹੈ। ਸੋ ਇਹਨੇ ਆਪਣੀ ਤੀਜੀ ਐਕਸਪੀਡੀਸ਼ਨ ਇੰਡੀਆ ਦੇ ਵਿੱਚ ਜਾਰੀ ਰੱਖੀ ਵੀ ਟੈਕਸ ਨਹੀਂ ਪਏ ਹੋਏ ਤੇ ਮੈਂ ਦੁਬਾਰਾ ਆਪਦੀ ਲੁੱਟ ਖੋਹ ਮਚਾ ਕੇ ਜਾਣੀ ਹੈ, ਠੀਕ ਹੈ। ਤੋ ਉਸ ਤੋਂ ਬਾਅਦ 1752 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦੁਬਾਰਾ ਵਾਪਸ ਚਲਾ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਵੱਡਾ ਘੱਲੂਘਾਰਾ ਇਹ ਇੰਸੀਡੈਂਟ ਕਿਵੇਂ ਹੋਇਆ, ਠੀਕ ਹੈ। ਦੇਖੋ ਇਹਦੇ ਵਿੱਚ ਪਹਿਲੀ ਗੱਲ ਅਹਿਮਦ ਸ਼ਾਹ ਅਬਦਾਲੀ ਨਾਲ ਇਹ ਘਟਨਾ ਜੁੜੀ ਹੋਈ ਹੈ ਵੱਡਾ ਘੱਲੂਘਾਰ ਦੇ, ਠੀਕ ਹੈ। ਅਹਿਮਦ ਸ਼ਾਹ ਅਬਦਾਲੀ ਜਦੋਂ ਆਪਦੀ 6ਵੀਂ ਕੈਂਪੇਨ ਲਈ ਇੰਡੀਆ ਵਾਪਸ ਆ ਰਿਹਾ ਸੀਗਾ ਤਾਂ ਉਦੋਂ ਜਿਹੜੇ ਸਿੱਖ ਸੀਗੇ ਉਹ ਕਿੱਥੇ ਰਹਿ ਰਹੇ ਸੀਗੇ, ਸਿੱਖਾਂ ਜਿਹੜੀ ਆਰਮੀ ਸੀਗੀ ਉਹ ਰਹਿ ਰਹੇ ਸੀਗੇ ਜੰਡਿਆਲਾ ਜੋ ਕਿ ਅੰਮ੍ਰਿਤਸਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈ, ਠੀਕ ਹੈ। ਅਹਿਮਦ ਸ਼ਾਹ ਅਬਦਾਲੀ ਨੇ ਇਹਨਾਂ ਦੇ ਖਿਲਾਫ ਜੰਗ ਲੜੀ, ਠੀਕ ਹੈ। ਇਹਨੇ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਦੋ ਕਲੋਜ਼ ਅਲਾਈ ਸੀਗੇ, ਇੱਕ ਤਾਂ ਮਲੇਰਕੋਟਲੇ ਦਾ ਨਵਾਬ ਸੀਗਾ, ਉਸ ਤੋਂ ਇਲਾਵਾ ਸਰਹੰਦ ਦਾ ਨਵਾਬ ਸੀਗਾ। ਇਹਨਾਂ ਦੀ ਮਦਦ ਲਈ ਇਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਮੈਂ ਨਹੀਂ ਆਉਂਦਾ ਇਹਨਾਂ ਨੂੰ ਰਜਿਸਟ ਕਰਕੇ ਰੱਖੋ, ਠੀਕ ਹੈ। ਸੋ ਉਸ ਤੋਂ ਬਾਅਦ ਸਿੱਖਾਂ ਦੇ ਵੱਲੋਂ ਜਿਹੜੀ ਸਿੱਖਾਂ ਦੀ ਆਰਮੀ ਸੀਗੀ ਉਹਦੇ ਵੱਲੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਇਹ ਸਰਦਾਰ ਚਰਤ ਸਿੰਘ ਸ਼ੁਕਰ ਚੱਕਿਆ, ਇਹ ਦੋਵੇਂ ਮਿਸਲਾਂ ਦੇ ਹੈੱਡ ਸੀਗੇ। ਇਹਨਾਂ ਦੋਵਾਂ ਨੇ ਮਤਲਬ ਰਜਿਸਟੈਂਸ ਕਾਫੀ ਆਪਦੀ ਆਰਮੀ ਦੇ ਨਾਲ ਦਿੱਤੀ ਮੁਗਲਜ਼ ਨੂੰ। 40,000 ਸਿੱਖ ਗਿਣਤੀ ਚ ਸੀਗੇ ਜਿਨ੍ਹਾਂ ਦੇ ਵਿੱਚੋਂ 10,000 ਔਰਤਾਂ ਸੀਗੀਆਂ, ਬੱਚੇ ਸੀਗੇ ਤੇ ਛੋਟੇ ਛੋਟੇ ਬਜ਼ੁਰਗ ਸੀਗੇ, ਠੀਕ ਹੈ। ਇਹ ਸਿੱਖਾਂ ਦੀ ਗਿਣਤੀ ਸੀਗੀ। ਉਸ ਤੋਂ ਬਾਅਦ ਸਿੱਖਾਂ ਨੂੰ ਇਹਨਾਂ ਨੇ ਸਿੱਖ ਚਾਹੁੰਦੇ ਸੀਗੇ ਵੀ ਜਿਹੜੇ ਬੱਚੇ ਤੇ ਔਰਤਾਂ ਨੇ ਇਹਨਾਂ ਨੂੰ ਬੀਕਾਨੇਰ ਭੇਜਿਆ ਜਾਵੇ ਸੇਫਲੀ, ਠੀਕ ਹੈ, ਕਿਉਂਕਿ ਬੀਕਾਨੇਰ ਦੇ ਵਿੱਚ ਸਿੱਖਾਂ ਦਾ ਇੱਕ ਧੜਾ ਮੌਜੂਦ ਸੀਗਾ, ਠੀਕ ਹੈ, ਜੋ ਸੇਫ ਸੀਗਾ। ਅਹਿਮਦ ਸ਼ਾਹ ਅਬਦਾਲੀ ਨੇ ਕੀ ਕਰਿਆ, ਇਹਨੇ ਜ਼ੈਨ ਖਾਨ ਨੂੰ ਅਪੁਆਇੰਟ ਕੀਤਾ, ਠੀਕ ਹੈ, ਇਸ ਬੈਟਲ ਦੇ ਵਿੱਚ ਲੀਡਰ ਸੀਗਾ ਜ਼ੈਨ ਖਾਨ, ਠੀਕ ਹੈ। ਉਸ ਤੋਂ ਇਲਾਵਾ ਸਰਹੰਦ ਦਾ ਸੂਬੇਦਾਰ ਭੀਸ਼ਣ ਖਾਨ, ਭੀਖਣ ਖਾਨ, ਠੀਕ ਹੈ, ਉਸ ਤੋਂ ਬਾਅਦ ਮਲੇਰਕੋਟਲੇ ਦਾ ਚੀਫ ਸੀਗਾ, ਇਹ ਸਾਰਿਆਂ ਨੇ ਆਰਮੀ ਮਤਲਬ ਉਸ ਜੰਗ ਦੇ ਵਿੱਚ ਭਾਗ ਲਿਆ ਤੇ ਇਹ ਬੈਟਲ ਲੜੇਗੀ ਕੁੱਪਰਹੀੜਾ ਵਿਖੇ, ਠੀਕ ਹੈ। ਕੁੱਪਰਹੀੜਾ ਅੱਜ ਦੇ ਸਮੇਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਟਾਊਨ ਹੈਗਾ ਜਿਹੜਾ ਉਹ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈ। ਕਦੋਂ ਲੜੇਗੀ, 5 ਫਰਵਰੀ 1762 ਦੇ ਵਿੱਚ, ਠੀਕ ਹੈ। ਤੇ ਉਸ ਤੋਂ ਬਾਅਦ ਇਹ ਫੀਅਰਸ ਬੈਟਲ ਦੇ ਵਿੱਚ ਜ਼ੈਨ ਖਾਨ ਦੀ ਆਰਮੀ ਦੇ ਵਿੱਚ ਮਤਲਬ ਜਿਹੜੀ 20,000 ਸੈਨਿਕ ਸੀਗੇ ਇਹ ਪਹੁੰਚੇ ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਵੀ ਇਹ ਬੈਟਲ ਜੁਆਇਨ ਕੀਤੀ ਆਪਦੇ 30,000 ਸੈਨਿਕਾਂ ਦੇ ਨਾਲ ਤੇ ਸਿੱਖਾਂ ਨੂੰ ਇਸ ਬੈਟਲ ਦੇ ਵਿੱਚ ਕਾਫੀ ਲਾਸ ਹੋਇਆ। 25,000 ਤੋਂ 30,000 ਜਿਹੜੇ ਸਿੱਖ ਸੀਗੇ ਉਹਨਾਂ ਦੀ ਇਸ ਬੈਟਲ ਦੇ ਵਿੱਚ ਡੈਥ ਹੋ ਗਈ ਸੀਗੀ, ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ। ਬਟ ਸਿੱਖਾਂ ਦਾ ਇਸ ਚੀਜ਼ ਦੇ ਨਾਲ ਮੋਰਾਲ ਅੱਗੇ ਜਾ ਕੇ ਕਦੇ ਵੀ ਡਾਊਨ ਨਹੀਂ ਹੋਇਆ, ਠੀਕ ਹੈ। ਉਹਨਾਂ ਨੇ ਸ਼ਹੀਦੀ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ। ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਵੀ ਭਾਈ ਕਾਨ ਸਿੰਘ ਨਾਭਾ ਸੀਗੇ ਇਹਨਾਂ ਨੇ ਇਹ ਲਿਖਿਆ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਸੀਗੀ ਦਮਦਮਾ ਸਾਹਿਬ ਵਿਖੇ ਉਹਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਸੀਗਾ ਇਸ ਬੈਟਲ ਦੇ ਵਿੱਚ, ਇਹ ਕਿਹਾ ਜਾਂਦਾ, ਠੀਕ ਹੈ। ਸੋ ਇਹ ਸੀਗਾ ਅੱਜ ਦਾ ਆਪਣਾ ਇਹ ਲੈਕਚਰ। ਲਾਸਟ ਦੇ ਵਿੱਚ ਆ ਕੁਐਸਚਨ ਤੁਹਾਡੇ ਲਈ ਹੈ, ਕਰਨੋਲਜੀ ਦੇ ਵਿੱਚ ਇਹ ਸਾਰੇ ਐਵੈਂਟਸ ਜਿਹੜੇ ਘਟਨਾਵਾਂ ਹੋਈਆਂ ਸੀਗਾ ਇਹਨਾਂ ਨੂੰ ਤੁਸੀਂ ਅਰੇਂਜ ਕਰਨਾ ਹੈ। ਪੜ੍ਹਦਾ ਨਾ ਮੈਂ ਤੁਹਾਡੇ ਲਈ ਅਟੈਕ ਆਫ ਨਾਦਰ ਸ਼ਾਹ ਔਨ ਲਾਹੌਰ, ਠੀਕ ਹੈ, ਇਹਨੇ ਨਾਦਰ ਸ਼ਾਹ ਨੇ ਕਦੋਂ ਅਟੈਕ ਕਰਿਆ। ਉਸ ਤੋਂ ਬਾਅਦ ਮੱਸਾ ਰੰਗੜ ਨੇ ਅਟੈਕ ਕਦੋਂ ਕਰਿਆ ਅੰਮ੍ਰਿਤਸਰ ਦੇ ਵਿਖੇ, ਠੀਕ ਹੈ। ਉਸ ਤੋਂ ਬਾਅਦ ਵੱਡਾ ਘੱਲੂਘਾਰਾ ਕਦੋਂ ਹੋਇਆ, ਉਸ ਤੋਂ ਬਾਅਦ ਭਾਈ ਮਣੀ ਸਿੰਘ ਨੂੰ ਕਦੋਂ ਐਗਜੀਕਿਊਟ ਕੀਤਾ ਗਿਆ ਤੇ ਉਸ ਤੋਂ ਬਾਅਦ ਛੋਟਾ ਘੱਲੂਘਾਰਾ ਇਹ ਕਦੋਂ ਹੋਇਆ। ਇਹ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਰਨੋਲਜੀ ਦੇ ਵਿੱਚ ਅਰੇਂਜ ਕਰਨਾ ਤੇ ਆਪਣਾ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖਣਾ। ਮਿਲਦੇ ਆਪਾਂ ਇਦਾਂ ਹੀ ਨਵੀਂ ਨਵੀਂ ਵੀਡੀਓਜ਼ ਦੇ ਨਾਲ। ਧੰਨਵਾਦ।